ਸਾਸਿਕਲ ਜੀ ਸਾਰਿਆਂ ਨੂੰ ਤੇ ਦੋ ਤਿੰਨ ਦਿਨਾਂ ਤੋਂ ਇੱਕ ਬੜੀ ਚਰਚਾ ਚੱਲਦੀ ਸੀਗੀ ਕਿ ਜਿਹੜੀ ਕੋਵਾਸ਼ੀਲਡ ਵੈਕਸੀਨ ਆ ਉਹ ਯੂਰਪ 'ਚ ਅਪਰੂਵਡ ਹੈਗੀ ਆ ਕਿ ਨਹੀਂ ਹੈਗੀ ਜਾਂ ਫਿਰ ਜਿਹੜੀ ਕੋਵੈਕਸੀਨ ਆ ਉਹ ਅਪਰੂਵਡ ਹੈਗੀ ਆ ਕਿ ਨਹੀਂ ਹੈਗੀ ਪਰ ਦੋ ਤਿੰਨ ਦਿਨਾਂ ਤੋਂ ਮੈਂ ਪੂਰਾ ਦੇਖਦਾ ਪਿਆ ਸੀ ਵੀ ਹੋ ਕੀ ਰਿਹਾ ਅਤੇ ਮੈਂ ਪੂਰਾ ਇਹਦੇ ਬਾਰੇ ਸਰਚ ਕੀਤਾ ਅਤੇ ਕਈ ਸੀਨੀਅਰ ਡਾਕਟਰਸ ਨਾਲ ਵੀ ਗੱਲਬਾਤ ਕੀਤੀ ਹੈ ਨਾ ਵੀ ਅਸਲ 'ਚ ਰੌਲਾ ਕੀ ਆ ਅਤੇ ਜਿਨ੍ਹਾਂ ਨੇ ਬਾਹਰ ਜਾਣਾ ਵਿਜ਼ਟਰ ਜਿਹੜੇ ਜਾਂਦੇ ਆ ਨਾ ਜਿਹਨਾਂ ਨੇ ਪੱਕੇ ਜਾਣਾ ਉਹਨਾਂ ਲਈ ਜਾਂ ਸਟੂਡੈਂਟਾਂ ਲਈ ਹਾਲੇ ਕੋਈ ਦਿੱਕਤ ਨਹੀਂ ਹੈਗੀ ਜਿਨ੍ਹਾਂ ਨੇ ਬਾਹਰ ਵਿਜ਼ਟਰ ਘੁੰਮਣ ਜਾਣਾ ਹੈ ਨਾ ਉਹਨਾਂ ਲਈ ਬਹੁਤ ਵੱਡੀ ਪ੍ਰੋਬਲਮ ਆ ਅਤੇ ਉਹ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਅਤੇ ਪਹਿਲਾਂ ਤਾਂ ਆ ਬਾਈ ਨੂੰ ਮੈਂ ਕਿਹਾ ਸੀ ਵੀ ਟੀਕਾ ਲਵਾ ਲਾ ਅਤੇ ਇਹਨੇ ਮੇਰਾ ਅੱਜ ਫੋਨ ਕਰ ਕਰਕੇ ਇਹਨੇ ਮੇਰਾ ਮਜ਼ਾਕ ਉਡਾਇਆ ਕਿਉਂਕਿ ਮੈਂ ਨਾ ਦੋ ਟੀਕੇ ਲਵਾਏ ਆ ਦੋਨੇ ਵੈਕਸੀਨ ਦੋਏ ਡੋਜ਼ ਲੈ ਚੁੱਕਾ ਕੋਵਾਸ਼ੀਲਡ ਦੀਆਂ ਹੈ ਨਾ ਕੋਵਾਸ਼ੀਲਡ ਲੱਗੀ ਆ ਉਹ ਆ ਨੀ ਸਕਦੇ ਮਤਲਬ ਉਹ ਵੈਕਸੀਨ ਅਪਰੂਵ ਨੀ ਹੈਗੀ ਤੇ ਇਸ ਕਰਕੇ ਜਿੱਦਾਂ ਹੁਣ ਮੈਂ ਪਹਿਲਾਂ ਤਾਂ ਇਹਨੂੰ ਰੋਜ਼ ਕਹਿੰਦਾ ਹੁੰਦਾ ਸੀ ਵੀ ਟੀਕਾ ਲਵਾ ਹੈ ਨਾ ਤੇ ਉਦੋਂ ਇਹ ਕਹਿੰਦਾ ਸੀ ਕੋਈ ਨੀ ਲਵਾ ਲਾਂਗੇ ਮੈਂ ਇਹਨੂੰ ਕਹਿੰਦਾ ਯਾਰ ਤੂੰ ਪਾਗਲ ਆ ਤੂੰ ਬੇਵਕੂਫ ਆ ਤੇ ਟੀਕਾ ਲਵਾ ਛੇਤੀ ਪਰ ਅੱਜ ਮੈਂ ਕਹਿੰਦਾ ਕਿ ਇਹ ਸਹੀ ਆ ਇਹਨੇ ਟੀਕਾ ਲਵਾਇਆ ਨੀ ਹਲੇ ਤੱਕ ਗੱਲ ਪਤਾ ਕੀ ਆ ਮੈਂ ਤੇ ਉਸ ਦਿਨ ਜਿੱਦਣ ਤੂੰ ਟੀਕਾ ਲਵਾ ਕੇ ਜਿੱਦਣ ਤੂੰ ਮੈਨੂੰ ਪੁੱਛੇਗਾ ਟੀਕਾ ਕਾਹਤੇ ਲਵਾਇਆ ਮੈਂ ਤੈਨੂੰ ਇਹ ਕਹਿ ਮੈਂ ਟੀਕਾ ਉਹ ਲਵਾਉਣਾ ਜਿਹੜਾ ਮੋਦੀ ਨੇ ਲਵਾਇਆ ਕਿਉਂ ਉਹੀ ਅਪਰੂਵਡ ਹੋਣਾ ਆ ਬਾਕੀ ਸਾਰੇ ਤਾਂ ਛੋਛ ਹੀ ਸਕੇ ਇਹ ਹੁਣ ਮੋਦੀ ਨੇ ਕਿਹੜਾ ਲਵਾਇਆ ਬਾਬੇ ਉਦੋਂ ਕਿਹੜਾ ਕੋਈ ਆ ਰਿਹਾ ਸੀ ਵੈਕਸੀਨ ਕੋਈ ਆਈ ਨਹੀਂ ਸੀ ਯਾਰ ਮੋਦੀ ਨੇ ਕਿਹੜਾ ਲਵਾਇਆ ਕੋਈ ਹਾਂ ਤੇਰਾ ਖਿਆਲ ਮੋਦੀ ਨੇ ਡੋਲਾ ਜਾਂ ਮੋਹਰ ਨੂੰ ਕਰਕੇ ਉੱਥੇ ਟੀਕਾ ਲਵਾ ਲਿਆ ਹੋਊਗਾ ਇਹ ਤਾਂ ਹੈ ਕੱਲੀ ਫੋਟੋ ਖਿਚਾਉਣ ਦੀ ਆ ਗਿਆ ਹੁਣ ਜਿੱਦਾਂ ਉਹ ਆਪਣੇ ਯਾਰ ਮੋਦੀ ਨੇ ਲਵਾਇਆ ਟੀਕਾ ਤਾਂ ਅਸੀਂ ਕਾਹਦੇ ਲਵਾਉਣਾ ਲਗਾ ਜਿੰਨੇ ਵੀ ਸੰਤਰੀ ਮੰਤਰੀ ਆ ਸਾਰਿਆਂ ਦੀ ਬਸ ਫੋਟੋ ਹੀ ਆਈ ਆ ਫੋਟੋ ਹੀ ਗੱਲ ਨਾ ਜੇ ਮੈਨੂੰ ਵੀ ਤੇਰੇ ਤੋਂ ਹੀ ਪਤਾ ਲੱਗਿਆ ਏਦਾਂ ਕਰਕੇ ਚੱਲ ਮੈਂ ਡਿਲੇ ਹੋ ਗਿਆ ਕਿਉਂਕਿ ਮੈਂ ਕੋਵਿਡ ਸ਼ੀਲਡ ਹੀ ਲਵਾਉਣਾ ਸੀਗਾ ਜਿੱਦਾਂ ਤੈਂ ਬਾਹਰ ਦਾ ਸੀਗਾ ਤੇ ਮੈਨੂੰ ਕਹੇਗਾ ਵੀ ਬਾਹਰ ਅੰਦਰ ਤੂੰ ਵੀ ਜਾਣਾ ਤਾਂ ਤੂੰ ਵੀ ਉਹੀ ਲਵਾਈ ਇਸੇ ਕਰਕੇ ਮੈਂ ਵੀ ਡਿਲੇ ਕਰੀ ਗਿਆ ਤੇ ਪਿੱਛੋਂ ਕੁਝ ਦਿਨ ਪਤਾ ਵੀ ਖੁਰਾਕਾਂ ਆਈਆਂ ਨਹੀਂ ਸੀਗੀਆਂ ਜਿੱਦਾਂ ਕਿਤੇ ਵੀ ਨਾ ਯਾਰ ਕੋਵਿਡ ਸ਼ੀਲਡ ਦਾ ਤਾਂ ਇੱਥੇ ਤੱਕ ਮੈਂ ਜਦੋਂ ਪਤਾ ਕੀਤਾ ਨਾ ਹੀ ਕੋਵੈਕਸਿਨ ਨਾ ਹੀ ਜਿਹੜੀ ਇੰਡੀਆ ਦੀ ਵੈਕਸੀਨ ਆ ਕੋਈ ਅਪਰੂਵਡ ਹੀ ਨਹੀਂ ਹੈਗੀ ਜਿਹੜੀ ਕੋਵੈਕਸਿਨ ਹੈ ਉਹ ਤਾਂ WHO ਨੇ ਵੀ ਨਹੀਂ ਅਪਰੂਵਡ ਕੀਤੀ ਹਾਲੇ ਤੱਕ ਹੁਣ ਰੌਲਾ ਕੀ ਆ ਅਸਲ ਤਾਂ ਯਾਰ ਮੇਨ ਚੀਜ਼ ਤਾਂ ਇਹ ਆ ਜੇ ਤਾਂ ਇਹ ਤਾਕਤ ਦੇ ਟੀਕੇ ਹੋਣ ਫੇਰ ਤਾਂ ਬੰਦਾ ਕਹਿੰਦਾ ਵੀ ਅੱਜ ਅਸੀਂ ਡੈਕਾ ਲਵਾ ਲਿਆ ਫਿਰ ਕੱਲ ਨੂੰ ਹੋਰ ਕਿਸੇ ਕੰਪਨੀ ਦਾ ਲਵਾ ਲਵਾਂਗੇ ਹਨਾ ਹੁਣ ਹੈਗੀ ਤਾਂ ਇਹ ਐਂਟੀਡੋਜ਼ ਆ ਮਤਲਬ ਇੱਕ ਤਰ੍ਹਾਂ ਦਾ ਵਾਇਰਸ ਤੁਹਾਡੀ ਬੋਡੀ ਚੋਂ ਤੁਹਾਨੂੰ ਦੇ ਰਹੇ ਆ ਹੁਣ ਸਾਰਿਆਂ ਨੂੰ ਮਜਬੂਰੀ ਚ ਲਵਾਉਣੇ ਪੈ ਰਹੇ ਆ ਜਾਂ ਡਰ ਦੇ ਮਾਰੇ ਲਵਾਉਣੇ ਪੈ ਰਹੇ ਹੁਣ ਇਹ ਨੀ ਪਤਾ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਇਹਦੇ ਜਿਹੜੇ ਸਾਈਡ ਇਫੈਕਟ ਕਿੰਨੇ ਕੁ ਹੋਣੇ ਆ ਹਨਾ ਇਸ ਕਰਕੇ ਡਰ ਦੇ ਮਾਰੇ ਲੋਕੀ ਲਵਾ ਰਹੇ ਆ ਗੱਲ ਪਤਾ ਕੀ ਆ ਵੀ ਜਦ ਇਹ ਚੀਜ਼ ਅਪਰੂਵਡ ਨਹੀਂ ਸੀਗੀ ਇਹ ਵੈਕਸੀਨ ਵੀ ਦੋਨੇ ਜਾਂ ਕੋਵੈਕਸੀਨ ਹੋ ਗਈ ਜਾਂ ਕੋਵਿਡ ਸ਼ੀਲਡ ਹੋ ਗਈ ਤਾਂ ਇਹਨਾਂ ਨੇ ਜਾਂ WHO ਨੇ ਕੀਤੀਆਂ ਨਹੀਂ ਅਪਰੂਵਡ ਤਾਂ ਫਿਰ ਇਹਨਾਂ ਨੇ ਇਹ 32 ਕਰੋੜ ਭਾਰਤੀਆਂ ਦੇ ਲਾ ਕਾਹਦੇ ਦਿੱਤੇ ਯਾਰ ਉਹ ਤਾਂ ਮਾੜਾ ਮੋਟਾ ਸ਼ੁਕਰ ਹੈ ਕਿ ਆਕਸਫੋਰਡ ਵਾਲਿਆਂ ਨੇ ਨਾਲ ਰਲ ਕੇ ਇੱਥੇ ਇੰਡੀਆ 'ਚ ਵੈਕਸੀਨ ਬਣਾਈ ਆ ਮਤਲਬ ਕਿ ਉਹਨਾਂ ਨੇ ਇਕੱਲੇ ਇੰਡੀਆ ਦੇ ਜੇ ਇਕੱਲੀ ਇੰਡੀਅਨ ਹੁਣ ਜਿੱਦਾਂ ਚੀਨ ਦੀ ਵੈਕਸੀਨ ਆ ਜਿਹੜੀ ਦੁਬਈ 'ਚ ਇੱਕ ਆਪਣਾ ਫਰੈਂਡ ਆ ਹਨਾ ਉਹ ਦੁਬਈ 'ਚ ਉਹਨੇ ਚੀਨ ਦੀ ਵੈਕਸੀਨ ਲਵਾ ਲਈ ਚੀਨ ਕੇ ਚਾਈਨਾ ਇੱਕੋ ਹੀ ਚੀਜ਼ ਆ ਤੇ ਚਾਈਨਾ ਨੇ ਚਾਈਨਾ ਵਾਲੀ ਵੈਕਸੀਨ ਲਵਾ ਲਈ ਹੁਣ ਬਾਅਦ 'ਚ ਦੁਬਈ ਵਾਲੇ ਕਹਿੰਦੇ ਉਹ ਅਪਰੂਵਡ ਨਹੀਂ ਹੈਗੀ ਸਰੀਰ ਦਾ ਸਤਿਆਨਾਸ਼ ਆ ਪੂਰਾ ਇਹ ਕਿਹੜਾ ਤਾਕਤ ਦਾ ਟੀਕਾ ਆ ਅੱਜ ਇੱਕ ਜੀ ਅੱਜ ਡੈਕਾ ਲਵਾ ਲਿਆ ਕੱਲ ਹੋਰ ਕਿਸੇ ਕੰਪਨੀ ਦਾ ਲਵਾ ਲਓ ਇਹਨੂੰ ਕਿਹੜਾ ਕੋਈ ਨੁਕਸਾਨ ਹੋਣਾ ਹੁਣ ਕਿੰਨਿਆਂ ਲੋਕਾਂ ਨੂੰ ਬੁਖਾਰ ਹੋਏ ਆ ਕਿੰਨਿਆਂ ਲੋਕਾਂ ਦੀਆਂ ਮਤਲਬ ਡੈਥ ਵੀ ਹੋਈਆਂ ਟੀਕਾ ਲਵਾਉਣ ਤੋਂ ਬਾਅਦ ਵਿੱਚ ਠੀਕ ਆ ਅਕਸਰ ਨੂੰ ਇਹਦਾ ਕੋਈ ਕਿਸੇ ਦੀ ਬੋਡੀ ਨੂੰ ਸੈੱਟ ਬੈਠਦਾ ਕਿਸੇ ਨੂੰ ਸਾਈਡ ਇਫੈਕਟ ਕਰਦਾ ਕੋਈ ਨਾ ਕੋਈ ਪ੍ਰੋਬਲਮ ਹੈਗੀ ਤਾਂ ਹੈ ਯਾਰ ਹੁਣ ਸਾਡੇ ਸਗਾ ਅਸੀਂ ਜਦ ਟੀਕਾ ਲਵਾਇਆ ਸੀਗਾ ਸਾਡੇ ਮੇਰੇ ਨਾਨਕਿਆਂ ਤੋਂ ਉਹਨਾਂ ਦੇ ਨਾ ਸੈੱਲ ਟੁੱਟਣੇ ਸ਼ੁਰੂ ਹੋ ਗਏ ਸੀਗੇ ਪਹਿਲਾਂ ਮੈਨੂੰ ਵੀ ਇੱਦਾਂ ਲੱਗਦਾ ਮੈਂ ਕਿਹਾ ਨਹੀਂ ਯਾਰ ਲੋਕੀ ਉੱਤੇ ਗਰੀ ਗੁਰੀ ਜਾਂਦੇ ਆ ਵੀ ਏਦਾਂ ਕਿੱਦਾਂ ਹੋ ਗਏ ਏਦਾਂ ਕਿੱਦਾਂ ਹੋ ਗਈ ਮਤਲਬ ਸਾਡੇ ਉਹ ਜਦ ਮਾਮੇ ਲਵਾਇਆ ਨਾ ਮਾਮੇ ਦੇ ਸੈੱਲ ਜਿੱਦਾਂ ਸੈੱਲ 48,000 ਤੱਕ ਆ ਗਏ ਸੀਗੇ ਉਹ ਡਾਕਟਰ ਨਾਲ ਜਿੱਦਾਂ ਜਾ ਕੇ ਗੱਲਬਾਤ ਕੀਤੀ ਮੈਂ ਕਿਹਾ ਏਦਾਂ ਕਰਕੇ ਪਿਆ ਟੀਕਾ ਮੈਂ ਕਿਹਾ ਜਾਂ ਕਰੋਨਾ ਲਵਾ ਸਕਾ ਉਸ ਤੋਂ ਬਾਅਦ ਵਿੱਚ ਆਹ ਗੱਲਬਾਤ ਹੋ ਗਈ ਕਹਿੰਦਾ ਵੀ ਤੁਸੀਂ ਚੈੱਕ ਕਰਾ ਕੇ ਲਵਾਓ ਵੀ ਜੇ ਕਿਸੇ ਨੇ ਲਵਾਉਣਾ ਜਿੱਦਾਂ ਵੀ ਬੰਦੇ ਨੂੰ ਬੁਖਾਰ ਨਾ ਹੋਵੇ ਤੇ ਬੰਦੇ ਦਾ ਬਲੱਡ ਪ੍ਰੈਸ਼ਰ ਸਹੀ ਹੋਵੇ
ਇਹ ਹੁਣ ਅਸੀਂ ਘਰੋਂ ਆਪੇ ਹੀ ਸਾਰਾ ਕੁਝ ਚੈੱਕ ਕਰਾ ਕੇ ਜਾਣਾ ਹੈ ਜਿਸ ਦਿਨ ਟੀਕਾ ਲਵਾਉਣ ਜਾਣਾ ਹੈ ਬ੍ਰਦਰ ਇਹ ਤਾਂ ਫਿਰ ਜਿਹੜੇ ਲਾਉਣ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਭਾਜੀ ਗੱਲ ਪਤਾ ਕੀ ਹੈ ਕੱਲ ਪਰਸੋਂ ਬੁੜੀ ਇੱਕ ਉਹਦੀ ਮੈਂ ਵੀਡੀਓ ਦੇਖੀ ਉਹ ਡਾਕਟਰ ਸੀਗੀ ਉਹ ਟੀਕੇ ਲਾਉਣ ਵਾਲੀ ਉਹਨੇ ਨਾ ਸਰਿੰਜ ਪਾੜੀ ਹੋਰ ਥੱਲੇ ਚੱਕੀ ਹੋਰ ਯਾਰ ਆਪਣੇ ਇੱਕ ਤਾਂ ਸਿਸਟਮ ਵੀ ਨਾ ਕਿਤੇ ਨਾ ਕਿਤੇ ਤੰਗ ਕਰ ਜਾਂਦਾ ਲੋਕਾਂ ਨੂੰ ਮਤਲਬ ਸਿਸਟਮ ਵੀ ਖਰਾਬ ਕਰ ਜਾਂਦਾ ਤੇ ਹੱਸ ਕੇ ਲਵਾਈ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਨੇ ਉਹਨੇ ਸਾਰੇ ਘਰ ਵਾਲੀ ਨੇ ਵੀਡੀਓ ਵਾਇਰਲ ਹੋਈ ਹੁੰਦੀ ਹੈ ਨਾ ਹੱਸ ਕੇ ਐਨ ਬੜੇ ਵਧੀਆ ਤਰੀਕੇ ਨਾਲ ਪਤਾ ਲੱਗਿਆ ਵੀ ਟੀਕਾ ਲੱਗ ਗਿਆ ਆ ਵੀਡੀਓ ਬਣਾਈ ਚੱਲੀ ਫੋਟੋ ਨਹੀਂ ਚਾਹੀਦੀ ਇੱਥੇ ਜਿਹਨੇ ਨਰਿੰਦਰ ਮੋਦੀ ਦੇ ਟੀਕਾ ਲਾਇਆ ਸੀਗਾ ਉਹ ਕੁੜੀ ਪਤਾ ਨਹੀਂ ਇੱਥੇ ਪੰਜਾਬ ਦੀ ਸੀਗੀ ਉਹਨੂੰ ਪਤਾ ਨਹੀਂ ਹੁਣ ਕੀ ਬਣਾਤਾ ਇਹਨਾਂ ਨੇ ਅੱਛਾ ਉਹ ਤਾਂ ਐਦਾਂ ਜਿੱਦਾਂ ਉਹਨੇ ਆਪਣੇ ਆਪ ਨੂੰ ਪਾਸ ਕਿ ਪਿਆ ਅੱਜ ਜੀ ਅੱਜ ਪ੍ਰਧਾਨ ਮੰਤਰੀ ਨੇ ਮੈਂ ਟੀਕਾ ਲਾਇਆ ਜੀ ਬਹੁਤ ਵਧੀਆ ਹੋ ਗਿਆ ਪਰ ਲਾਇਆ ਪਤਾ ਨਹੀਂ ਰੁਪਏ ਜਾਣਦਾ ਇਹ ਬਾਕੀ ਆਹ ਭਰਾਵਾ ਜਿਹੜਾ ਚਾਈਨਾ ਵਾਲਾ ਸਿਸਟਮ ਜਿਹੜਾ ਨਾ ਇਹ ਵੀ ਹੁਣ ਪਤਾ ਨਹੀਂ ਹੈਗਾ ਵੀ ਕੀ ਜਾਣ ਕੇ ਹਰੇਕ ਮੈਂ ਨਾ ਇਦਾਂ ਦੇ ਇੱਕ ਅੰਕਲ ਆ ਸਾਡੇ ਉਹਨੂੰ ਮੈਂ ਜਾਣਦਾ ਤੇ ਅੰਕਲ ਪਤਾ ਕੀ ਕਹਿੰਦੇ ਉਹ ਮਤਲਬ ਬਹੁਤ ਜ਼ਿਆਦਾ ਪੜ੍ਹੀ ਲਿਖੀ ਫੈਮਿਲੀ ਆ ਹੁਣ ਮੈਂ ਵੀ ਅੰਕਲ ਨੂੰ ਛੇੜਦਾ ਮੈਂ ਕਿਹਾ ਅੰਕਲ ਅੰਕਲ ਕੀ ਡਰੀ ਜਾਂਦੇ ਇੱਕ ਟੀਕਾ ਜਿਹਾ ਲਵਾ ਕੇ ਪਰੇ ਕਰੋ ਹੁਣ ਮੈਨੂੰ ਸਮਝ ਆਉਂਦੀ ਆ ਵੀ ਉਹ ਕੀ ਸੋਚਦੇ ਪਏ ਆ ਹਨਾ ਉਹ ਅੰਕਲ ਮੈਨੂੰ ਕਹਿੰਦਾ ਸੀ ਕਹਿੰਦਾ ਯਾਰ ਕੋਈ ਇਦਾਂ ਦਾ ਸਿਸਟਮ ਹੈ ਨਹੀਂ ਵੀ ਮੈਂ ਟੀਕਾ ਲਵਾਵਾਂ ਵੇ ਨਾ ਤੇ ਮੇਰੇ ਆਧਾਰ ਕਾਰਡ ਤੇ ਚੜ ਜਾਵੇ ਮੇਰਾ ਸਰਟੀਫਿਕੇਟ ਬਣ ਜਾਵੇ ਬਹੁਤ ਬੰਦੇ ਮਤਲਬ ਮੈਂ ਪਹਿਲਾਂ ਅੰਕਲ ਨੂੰ ਵੀ ਛੇੜਦਾ ਸੀ ਵੀ ਅੰਕਲ ਨਹੀਂ ਤੁਸੀਂ ਗਲਤ ਹੈ ਟੀਕਾ ਲਵਾਓ ਕੁਛ ਨਹੀਂ ਹੁੰਦਾ ਪਰ ਹੁਣ ਮੈਂ ਸੋਚਦਾ ਕਿ ਉਹ ਆਪਣੀ ਜਗ੍ਹਾ ਸਹੀ ਪਰ ਜੇ ਹੁਣ ਇਹ ਵੀ ਦੂਜੇ ਪਾਸੇ ਲੈ ਜਾ ਇਹਨੂੰ ਕਿ ਉਹਨਾਂ ਦੀ ਜੀ ਚੱਲ ਕੋਵਾਸ਼ੀਲਡ ਨਹੀਂ ਲਵਾਈ ਕੋਵੈਕਸਿਨ ਨਹੀਂ ਲਵਾਈ ਕੱਲ ਨੂੰ ਆ ਜਾਣੀ ਆ ਆਪਣੇ ਸਪੂਤਨਿਕ ਆ ਗਈ ਵੀ ਸਪੂਤਨਿਕ ਲਵਾ ਲੂਗੇ ਹਨਾ ਹੁਣ ਯੂ ਐਸ ਏ ਕਹਿੰਦਾ ਕਿ ਅਸੀਂ ਸਪੂਤਨਿਕ ਨਹੀਂ ਮਤਲਬ ਅਪਰੂਵਡ ਕਰਦੇ ਰਸ਼ੀਆ ਨਾਲ ਉਹਨਾਂ ਦੀ ਲੱਗਦੀ ਆ ਹੁਣ ਜਿਹੜੇ ਜਿਹੜੇ ਲੋਕ ਰਸ਼ੀਆ 'ਚ ਰਹਿੰਦੇ ਆ ਉਹ ਆਪਣੇ ਦੇਸ਼ ਦੀ ਬਣੀ ਹੋਈ ਲਵਾਉਗੇ ਹੁਣ ਜਿੱਦਾਂ ਚੀਨ ਵਾਲਿਆਂ ਨੇ ਜਿਹੜੀ ਚਾਈਨੀਜ਼ ਜਿਹੜੀ ਚਾਈਨੀਜ਼ ਵੈਕਸੀਨ ਆ ਉਹ ਹੁਣ ਜਿੱਦਾਂ ਦਵਾਈ ਵਾਲਿਆਂ ਨੇ ਅਪਰੂਵ ਨਹੀਂ ਕੀਤੀ ਹੁਣ ਚਾਈਨਾ ਦੇ ਲੋਕਾਂ ਨੇ ਤਾਂ ਚਾਈਨਾ ਵਾਲੀ ਹੀ ਲਵਾਉਣੀ ਆ ਇਹਦੇ 'ਚ WHO ਨੂੰ ਚਾਹੀਦਾ ਕਿ ਯਾਰ ਇਹਨਾਂ ਸਾਰਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਇਕੱਲੇ ਇਕੱਲੇ ਤੁਰੇ ਫਿਰਦੇ ਆ ਨਹੀਂ ਹੁਣ ਜਿਹੜਾ ਪਾਕਿਸਤਾਨ ਨੇ ਵੀ ਆਪਣੀ ਬਣਾਈ ਆ ਆਹੋ ਵੀ ਪਾਕਿਸਤਾਨ ਮਤਲਬ ਹਰੇਕ ਨੇ ਆਪਣੀ ਬਣਾ ਲਈ ਹੈ ਕਿਉਂਕਿ ਉਹਦਾ ਆਪਣੀ ਬਣਾਉਣ ਦਾ ਕਾਰਨ ਪਤਾ ਕੀ ਆ ਕਿਉਂਕਿ ਜੇ ਮੰਨ ਲਾ ਇੱਕ ਕਿਸੇ ਵੱਡੀ ਕੰਟਰੀ ਕੋਈ ਬਣਾ ਲੈਂਦੀ ਉਹਨਾਂ ਨੇ ਬਸ ਸਾਰਿਆਂ ਨੂੰ ਫਿਰ ਵੇਚਣੀ ਸੀ ਠੀਕ ਹੈ ਸਹੀ ਹੈ ਇਹਨਾਂ ਨੇ ਹਰੇਕ ਨੇ ਆਪਣਾ ਮਤਲਬ ਜੋ ਵੀ ਫਾਰਮੂਲਾ ਸੀਗਾ ਉਹ ਲੈ ਕੇ ਜਾਂ WHO ਨੇ ਸਾਂਝਾ ਕਰ ਦਿੱਤਾ ਸਾਰਿਆਂ ਨੂੰ ਫਾਰਮੂਲਾ ਲੈ ਕੇ ਇਹਨਾਂ ਨੇ ਸਾਰਿਆਂ ਨੇ ਆਪਣੀ ਆਪਣੀ ਬਣਾ ਤਾਂ ਲਈ ਆ ਹੁਣ ਬਣਾਈ ਬਿਨਾਂ ਸਰਨਾ ਵੀ ਨਹੀਂ ਸੀ ਮੈਂ ਨਾ ਇੱਕ ਇਦਾਂ ਦੀ ਮਤਲਬ ਮਾਤਾ ਨੂੰ ਜਾਣਦਾ ਜਿਹਦੀ ਪੂਰੀ ਫੈਮਿਲੀ ਨਾ ਸਪੇਨ ਦੇ ਵਿੱਚ ਆ ਤੇ ਉਹ ਜਦੋਂ ਵੀ ਉਹਨਾਂ ਕੋਲ ਵਿਜ਼ਟ ਵੀਜ਼ੇ ਤੇ ਜਾਂਦੇ ਹਮੇਸ਼ਾ ਉਹਨਾਂ ਕੋਲ ਸਪੇਨ ਦੇ ਪੱਕੇ ਪੇਪਰ ਨਹੀਂ ਹੈਗੇ ਹਨਾ ਤੇ ਉਹ ਜਦੋਂ ਵੀ ਜਾਂਦੇ ਆ ਜਿੰਨੇ ਚਿਰ ਦਾ ਵੀਜ਼ਾ ਹੁੰਦਾ ਉਹ ਤੋਂ ਪਹਿਲਾਂ ਪਹਿਲਾਂ ਵਾਪਸ ਆ ਜਾਂਦੇ ਆ ਹੁਣ ਕੱਲ੍ਹ ਮੈਨੂੰ ਫੋਨ ਆਇਆ ਮੈਨੂੰ ਕਹਿੰਦੀ ਮਨਦੀਪ ਕਿੱਦਾਂ ਹਾਲ ਚਾਲ ਮੈਂ ਠੀਕ ਹੈ ਮਾਤਾ ਤੁਸੀਂ ਸੁਣਾ ਹਨਾ ਮੈਂ ਕਿਹਾ ਠੀਕ ਆ ਮਾਤਾ ਜੀ ਤੁਸੀਂ ਸੁਣਾਓ ਤੇ ਆਹੀ ਗੱਲ ਚੱਲਦੀ ਸੀ ਵੀ ਟੀਕਾ ਤਾਂ ਆਹ ਮੈਂ ਵੀ ਟੀਕਾ ਲਵਾ ਲਿਆ ਵੀ ਇਹ ਤਾਂ ਹੁਣ ਅਪਰੂਵ ਨਹੀਂ ਹੈਗਾ ਹੁਣ ਕੀ ਕਰੀਏ ਮੈਂ ਇਹੀ ਕਿਹਾ ਮੈਂ ਕਿਹਾ ਮਾਤਾ ਜੀ ਵੇਟ ਕਰੋ ਕੋਈ ਨਹੀਂ ਹੋ ਜੂਗਾ ਹੁਣ ਰੱਬ ਆਸ ਰਹੀ ਆ ਯਾਰ ਜਿਨ੍ਹਾਂ ਨੇ ਮਤਲਬ ਬਾਹਰ ਜਾਣਾ ਆ ਉਹਨਾਂ ਨੂੰ ਮਤਲਬ ਸੋਚ ਸਮਝ ਕੇ ਵੈਕਸੀਨ ਲਵਾਉਣੀ ਚਾਹੀਦੀ ਹੈ ਮੈਂ ਇਹੀ ਕਹਿੰਦਾ ਵਾਰ ਵਾਰ ਕਿਉਂਕਿ ਡਰਾਮਾ ਜਿਹੜਾ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਕਈਆਂ ਨੇ ਕਹਿਣਾ ਐਵੇਂ ਭਕਾਈ ਮਾਰੀ ਜਾਂਦੇ ਆ ਭਰਾ ਮੈਂ ਦੋਨੇ ਟੀਕੇ ਲਵਾਇਆ ਉਹ ਆਪਾਂ ਵੀਡੀਓ ਦੇ ਵਿੱਚ ਜਿਹੜੇ ਆਪਣੇ ਸਰਟੀਫਿਕੇਟ ਹੈਗੇ ਆ ਜਾਂ ਜਿਹੜੇ ਫੋਨ ਤੇ ਮੈਸੇਜ ਆਏ ਹੋਏ ਆ ਉਹ ਆਪਾਂ ਦੋਨੇ ਹੀ ਉਹ ਵਿੱਚ ਪਾ ਦਿਆਂਗੇ ਵੀਡੀਓ ਦੇ ਉਹ ਦੇਖ ਲਿਓ ਕਿ ਦੋਏ ਵੈਕਸੀਨ ਮੈਂ ਲਵਾ ਚੁੱਕਾ ਆ ਤੇ ਨੰਬਰ 2 ਤੇ ਕਈਆਂ ਨੇ ਕਹਿਣਾ ਵੀ ਖਨੇ ਨੇ ਬਾਹਰ ਜਾਣਾ ਕਿ ਨਹੀਂ ਹੈਗਾ ਮੇਰੇ ਕੋਲ ਵੈਲਿਡ ਵੀਜ਼ਾ ਹੈਗਾ ਤੇ ਉਹ ਵੀ ਮੈਂ ਜੇ ਕਾਪੀ ਕਹੂੰਗੇ ਤਾਂ ਮੈਂ ਪਾ ਦੂੰਗਾ ਕਿਉਂਕਿ ਆਮ ਮੈਂ ਉਦਾਂ ਨਹੀਂ ਪਾਉਂਦਾ ਜੇ ਕੋਈ ਭਰਾ ਮੇਰਾ ਕੁਐਸਚਨ ਕਰੂਗਾ ਵੀ ਤੇਰੇ ਕੋਲ ਵੀਜ਼ਾ ਹੈਗਾ ਵੀ ਹੈ ਤਾਂ ਉਦੇ ਬੋਲੀ ਜਾਂਦਾ ਫਿਰ ਮੈਂ ਪਾ ਦੂੰਗਾ ਠੀਕ ਹੈ ਤੇ ਇਹ ਜਿਹੜੀ ਵੀਡੀਓ ਬਣਾਉਣ ਦਾ ਕਾਰਨ ਵੀ ਬਸ ਇਹੀ ਸੀਗਾ ਕਿ ਮੈਂ ਦਰਅਸਲ ਆਇਆ ਸੀ ਚੰਡੀਗੜ੍ਹ ਤੋਂ ਮੈਂ ਕਿਹਾ ਲੱਕੀ ਨੂੰ ਚੱਲ ਚੱਕਦਾ ਤੇ 10 ਮਿੰਟ ਗੱਲ ਕਰਦੇ ਹਾਂ ਕਿਉਂਕਿ ਇਹ ਮੈਨੂੰ ਫੋਨ ਕਰਕੇ ਛੇੜੀ ਜਾਂਦਾ ਸੀ ਲੱਗਦਾ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਭਰਾ ਜਿਨ੍ਹਾਂ ਨੇ ਵੀ ਫਿਸਲ ਵੀਜ਼ੇ 'ਤੇ ਬਾਹਰ ਜਾਣਾ ਨਾ ਅਤੇ ਉਹਨਾਂ ਨੂੰ ਮਤਲਬ ਬੇਨਤੀ ਆ ਕਿ ਸੋਚ ਸਮਝ ਕੇ ਟੀਕਾ ਲਵਾਇਓ ਕਿਉਂਕਿ ਇਹ ਤਾਕਤ ਦੇ ਟੀਕੇ ਨਹੀਂ ਹੈਗੇ ਕਿ ਜਿਹੜੇ ਤੁਸੀਂ ਵਾਰ ਵਾਰ ਲਵਾਈ ਜਾਣੇ ਹੈ ਨਾ ਅਤੇ ਜਦ ਤੱਕ ਤੁਸੀਂ ਦੇਖੋ ਸਾਡੇ ਸ਼ਹਿਰ ਦਾ ਬਾਹਰਲਾ ਵਿਊ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਖੁਸ਼ ਰਹੋ ਸਾਰੇ ਜਾਣੇ